ਭਾਰਤ ਤੋਂ ਬਾਅਦ ਹੁਣ ਯੂਕੇ ਵੀ ਚੀਨ ਦੀ ਟੈਲੀਕਾਮ ਕੰਪਨੀ ਹੋਵਾਵੇ ਨੂੰ ਬ੍ਰਿਟੇਨ ਦੇ 5G ਨੈਟਵਰਕ ਤੋਂ ਬਾਹਰ ਦਾ ਰਸਤਾ ਦਿਖਾਉਣ ਦੀ ਤਿਆਰੀ ਕਰ ਰਿਹਾ ਹੈ। ਅਮਰੀਕਾ ਦੇ ਪਹਿਲਾਂ ਤੋਂ ਹੀ ਚੀਨ ਦੀਆਂ ਕੰਪਨੀਆਂ ਤੇ ਵਿੱਤੀ ਰੋਕ ਲਗਾਉਣ ਦਾ ਐਲਾਨ ਕੀਤਾ ਹੋਇਆ। ਯੂਕੇ ਦੇ ਸਰਕਾਰੀ ਅਧਿਕਾਰੀਆਂ ਨੇ ਅਮਰੀਕਾ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਤੋਂ ਬਾਅਦ ਚੀਨ ਦੀ ਇਸ ਕੰਪਨੀ ਤੇ ਗੰਭੀਰ ਸਵਾਲ ਉਠਾਏ ਨੇ। ਸਰਕਾਰੀ ਰਿਪੋਰਟ ਦੇ ਵਿੱਚ ਯੂਕੇ ਦੇ 5G ਨੈਟਵਰਕ ਵਿੱਚ ਸੀਮਤ ਭੂਮਿਕਾ ਨਿਭਾਉਣ ਵਾਲੇ ਹੁਵਾਵੇ ਦੇ ਉਤਪਾਦਾਂ ਦਾ ਇਸਤੇਮਾਲ ਜਾਰੀ ਰੱਖਣ ਨੂੰ ਲੈ ਕੇ ਚਿੰਤਾ ਪ੍ਰਗਟਾਈ ਗਈ ਹੈ। ਰਿਪੋਰਟ ਵਿੱਚ ਲਿਖਿਆ ਗਿਆ ਹੈ ਕਿ ਅਮਰੀਕਾ ਦੀਆਂ ਪਾਬੰਦੀਆਂ ਤੋਂ ਬਾਅਦ ਹੁਵਾਵੇ ਨੂੰ ਹੁਣ ਸੈਮੀਕੰਡਕਟਰਸ ਦੇ ਨਿਰਮਾਣ ਦੀ ਬਦਲ ਵਿਵਸਥਾ ਕਰਨੀ ਹੋਵੇਗੀ ਅਤੇ ਇਹ ਸੈਮੀਕੰਡਕਟਰਸ ਸੁਰੱਖਿਆ ਦੇ ਲਿਹਾਜ਼ ਦੇ ਨਾਲ ਖਤਰਨਾਕ ਵੀ ਹੋ ਸਕਦੇ ਨੇ। ਹਾਲਾਂਕਿ ਇਹ ਸਪਸ਼ਟ ਕੀਤਾ ਗਿਆ ਹੈ ਕਿ 5G ਨੈਟਵਰਕ ਵਿੱਚ ਪਹਿਲਾਂ ਤੋਂ ਕੰਮ ਕਰ ਰਹੇ ਇਕਿਊਪਮੈਂਟਸ ਨਹੀਂ ਹਟਾਏ ਜਾਣਗੇ, ਪਰ ਕੰਪਨੀ ਤੋਂ ਨਵੀਂ ਖਰੀਦ ਰੋਕੀ ਜਾਵੇਗੀ ਕਿਉਂਕਿ ਨਵੇਂ ਯੰਤਰਾਂ ਵਿੱਚ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟਾਈ ਗਈ ਹੈ। ਇਸ ਤੋਂ ਪਹਿਲਾਂ ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਪਿਛਲੇ ਹਫ਼ਤੇ ਵਿੱਚ ਕਿਹਾ ਸੀ ਕਿ ਯੂਕੇ ਨੂੰ ਸਪਲਾਈ ਕੀਤੇ ਜਾ ਰਹੇ ਯੰਤਰਾਂ ਦਾ ਕਾਰਨ ਸੁਰੱਖਿਆ ਵਿੱਚ ਲੱਗਣ ਵਾਲੀ ਸੰਨ ਬਾਰੇ ਸਰਕਾਰ ਚਿੰਤਤ ਹੈ। ਚੀਨ ਵੱਲੋਂ ਹਾਂਗਕਾਂਗ ਵਿੱਚ ਲਾਗੂ ਕੀਤੇ ਗਏ ਰਾਸ਼ਟਰੀ ਸੁਰੱਖਿਆ ਕਾਨੂੰਨ ਨੂੰ ਲੈ ਕੇ ਦੋਹਾਂ ਦੇਸ਼ਾਂ ਦੇ ਦਰਮਿਆਨ ਤਲਖੀ ਵਧੀ ਹੈ। ਇਸ ਨੂੰ ਬੋਰਿਸ ਪ੍ਰਸ਼ਾਸਨ ਵੱਲੋਂ ਚੀਨੀ ਕੰਪਨੀ ਦੇ ਖਿਲਾਫ਼ ਮੋਰਚਾ ਖੋਲ੍ਹਣ ਦਾ ਇੱਕ ਕਾਰਨ ਮੰਨਿਆ ਜਾ ਰਿਹਾ ਹੈ। ਚੀਨ ਵੱਲੋਂ ਹਾਂਗਕਾਂਗ 'ਤੇ ਥੋਪੇ ਗਏ ਰਾਸ਼ਟਰੀ ਸੁਰੱਖਿਆ ਕਾਨੂੰਨ ਨੂੰ ਯੂਕੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਯੂਕੇ ਅਤੇ ਚੀਨ ਦਰਮਿਆਨ ਹੋਏ ਸਮਝੌਤੇ ਦੀ ਉਲੰਘਣਾ ਦੱਸਿਆ ਸੀ। ਹਾਂਗਕਾਂਗ ਦੇ 30 ਲੱਖ ਲੋਕਾਂ ਨੂੰ ਯੂਕੇ ਦੀ ਨਾਗਰਿਕਤਾ ਦੇਣ ਦੀ ਪੇਸ਼ਕਸ਼ ਕੀਤੀ ਸੀ। ਇਸ ਮਾਮਲੇ ਨੂੰ ਲੈ ਕੇ ਦੋਹਾਂ ਦੇਸ਼ਾਂ ਦੇ ਦਰਮਿਆਨ ਤਲਵਾਰਾਂ ਖਿੱਚੀਆਂ ਹੋਈਆਂ ਨੇ ਅਤੇ ਚੀਨ ਦਾ ਸਰਕਾਰੀ ਮੀਡੀਆ ਇਸ ਮੁੱਦੇ 'ਤੇ ਲਗਾਤਾਰ ਯੂਕੇ ਦੀ ਆਲੋਚਨਾ ਕਰ ਰਿਹਾ ਹੈ। ਬਿਊਰੋ ਰਿਪੋਰਟ, ਆਵਾਜ਼ੀਕਮ ਟੀਵੀ। ਭਾਰਤ ਤੋਂ ਬਾਅਦ ਹੁਣ ਯੂਕੇ ਵੀ ਚੀਨ ਦੀ ਟੈਲੀਕਾਮ ਕੰਪਨੀ ਹੁਵਾਵੇ ਨੂੰ ਬ੍ਰਿਟੇਨ ਦੇ 5G ਨੈਟਵਰਕ ਤੋਂ ਬਾਹਰ ਦਾ ਰਸਤਾ ਦਿਖਾਉਣ ਦੀ ਤਿਆਰੀ ਕਰ ਰਿਹਾ ਹੈ। ਅਮਰੀਕਾ ਦੇ ਪਹਿਲਾਂ ਤੋਂ ਹੀ ਚੀਨ ਦੀਆਂ ਕੰਪਨੀਆਂ ਤੇ ਵਿੱਤੀ ਰੋਕ ਲਗਾਉਣ ਦਾ ਐਲਾਨ ਕੀਤਾ ਹੋਇਆ। ਯੂਕੇ ਦੇ ਸਰਕਾਰੀ ਅਧਿਕਾਰੀਆਂ ਨੇ ਅਮਰੀਕਾ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਤੋਂ ਬਾਅਦ ਚੀਨ ਦੀ ਇਸ ਕੰਪਨੀ ਤੇ ਗੰਭੀਰ ਸਵਾਲ ਉਠਾਏ ਨੇ। ਸਰਕਾਰੀ ਰਿਪੋਰਟ ਦੇ ਵਿੱਚ ਯੂਕੇ ਦੇ 5G ਨੈਟਵਰਕ ਵਿੱਚ ਸੀਮਤ ਭੂਮਿਕਾ ਨਿਭਾਉਣ ਵਾਲੇ ਹੁਵਾਵੇ ਦੇ ਉਤਪਾਦਾਂ ਦਾ ਇਸਤੇਮਾਲ ਜਾਰੀ ਰੱਖਣ ਨੂੰ ਲੈ ਕੇ ਚਿੰਤਾ ਪ੍ਰਗਟਾਈ ਗਈ ਹੈ। ਰਿਪੋਰਟ ਵਿੱਚ ਲਿਖਿਆ ਗਿਆ ਹੈ ਕਿ ਅਮਰੀਕਾ ਦੀਆਂ ਪਾਬੰਦੀਆਂ ਤੋਂ ਬਾਅਦ ਹੁਵਾਵੇ ਨੂੰ ਹੁਣ ਸੈਮੀਕੰਡਕਟਰਸ ਦੇ ਨਿਰਮਾਣ ਦੀ ਬਦਲ ਵਿਵਸਥਾ ਕਰਨੀ ਹੋਵੇਗੀ ਅਤੇ ਇਹ ਸੈਮੀਕੰਡਕਟਰਸ ਸੁਰੱਖਿਆ ਦੇ ਲਿਹਾਜ਼ ਦੇ ਨਾਲ ਖਤਰਨਾਕ ਵੀ ਹੋ ਸਕਦੇ ਨੇ। ਹਾਲਾਂਕਿ ਇਹ ਸਪਸ਼ਟ ਕੀਤਾ ਗਿਆ ਹੈ ਕਿ 5G ਨੈਟਵਰਕ ਵਿੱਚ ਪਹਿਲਾਂ ਤੋਂ ਕੰਮ ਕਰ ਰਹੇ ਇਕਿਊਪਮੈਂਟਸ ਨਹੀਂ ਹਟਾਏ ਜਾਣਗੇ, ਪਰ ਕੰਪਨੀ ਤੋਂ ਨਵੀਂ ਖਰੀਦ ਰੋਕੀ ਜਾਵੇਗੀ ਕਿਉਂਕਿ ਨਵੇਂ ਯੰਤਰਾਂ ਵਿੱਚ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟਾਈ ਗਈ ਹੈ। ਇਸ ਤੋਂ ਪਹਿਲਾਂ ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਪਿਛਲੇ ਹਫ਼ਤੇ ਵਿੱਚ ਕਿਹਾ ਸੀ ਕਿ ਯੂਕੇ ਨੂੰ ਸਪਲਾਈ ਕੀਤੇ ਜਾ ਰਹੇ ਯੰਤਰਾਂ ਦਾ ਕਾਰਨ ਸੁਰੱਖਿਆ ਵਿੱਚ ਲੱਗਣ ਵਾਲੀ ਸੰਨ ਬਾਰੇ ਸਰਕਾਰ ਚਿੰਤਤ ਹੈ। ਚੀਨ ਵੱਲੋਂ ਹਾਂਗਕਾਂਗ ਵਿੱਚ ਲਾਗੂ ਕੀਤੇ ਗਏ ਰਾਸ਼ਟਰੀ ਸੁਰੱਖਿਆ ਕਾਨੂੰਨ ਨੂੰ ਲੈ ਕੇ ਦੋਹਾਂ ਦੇਸ਼ਾਂ ਦੇ ਦਰਮਿਆਨ ਤਲਖੀ ਵਧੀ ਹੈ। ਇਸ ਨੂੰ ਬੋਰਿਸ ਪ੍ਰਸ਼ਾਸਨ ਵੱਲੋਂ ਚੀਨੀ ਕੰਪਨੀ ਦੇ ਖਿਲਾਫ਼ ਮੋਰਚਾ ਖੋਲ੍ਹਣ ਦਾ ਇੱਕ ਕਾਰਨ ਮੰਨਿਆ ਜਾ ਰਿਹਾ ਹੈ। ਚੀਨ ਵੱਲੋਂ ਹਾਂਗਕਾਂਗ 'ਤੇ ਥੋਪੇ ਗਏ ਰਾਸ਼ਟਰੀ ਸੁਰੱਖਿਆ ਕਾਨੂੰਨ ਨੂੰ ਯੂਕੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਯੂਕੇ ਅਤੇ ਚੀਨ ਦਰਮਿਆਨ ਹੋਏ ਸਮਝੌਤੇ ਦੀ ਉਲੰਘਣਾ ਦੱਸਿਆ ਸੀ। ਹਾਂਗਕਾਂਗ ਦੇ 30 ਲੱਖ ਲੋਕਾਂ ਨੂੰ ਯੂਕੇ ਦੀ ਨਾਗਰਿਕਤਾ ਦੇਣ ਦੀ ਪੇਸ਼ਕਸ਼ ਕੀਤੀ ਸੀ। ਇਸ ਮਾਮਲੇ ਨੂੰ ਲੈ ਕੇ ਦੋਹਾਂ ਦੇਸ਼ਾਂ ਦੇ ਦਰਮਿਆਨ ਤਲਵਾਰਾਂ ਖਿੱਚੀਆਂ ਹੋਈਆਂ ਨੇ ਅਤੇ ਚੀਨ ਦਾ ਸਰਕਾਰੀ ਮੀਡੀਆ ਇਸ ਮੁੱਦੇ 'ਤੇ ਲਗਾਤਾਰ ਯੂਕੇ ਦੀ ਆਲੋਚਨਾ ਕਰ ਰਿਹਾ ਹੈ। ਬਿਊਰੋ ਰਿਪੋਰਟ, ਆਵਾਜ਼ੀਕਮ ਟੀਵੀ।